ਗੂਗਲ ਦੇ ਹਿਸਾਬ ਨਾਲ ਪੰਜਾਬ 'ਚ ਲਗਭਗ 12,500 ਪਿੰਡ ਨੇ, ਪਰ ਮੇਰੇ ਹਿਸਾਬ ਨਾਲ ਹਰ ਪਿੰਡ 'ਚ ਲੋਕ ਲਗਭਗ ਇੱਕੋ ਵਰਗੇ ਹੀ ਹੁੰਦੇ ਨੇ, ਪਰ ਸਭ ਦੀਆਂ ਕਹਾਣੀਆਂ ਵੱਖ ਵੱਖ ਹੁੰਦੀਆਂ ਨੇ। ਅਤੇ ਉਹਨਾਂ 12,500 ਪਿੰਡਾਂ 'ਚੋਂ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਪਿੰਡ ਵਿੱਚ। ਹਰ ਪਿੰਡ ਵਾਂਗ ਇਸ ਪਿੰਡ 'ਚ ਵੀ ਸੜਕ ਹੈ, ਖੇਤ ਨੇ, ਸੱਥ ਹੈ, ਪਰ ਅਸੀਂ ਇੱਥੇ ਤੁਹਾਨੂੰ ਇੱਕ ਕਹਾਣੀ ਸੁਣਾਉਣ ਆਏ ਹਾਂ। ਆਓ ਫਿਰ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਬਾਪੂ। ਸਤਿ ਸ੍ਰੀ ਅਕਾਲ। ਓ ਸ਼ਿੰਦੇ, ਕੀ ਹਾਲ ਚਾਲ? ਵਧੀਆ। ਇਹ ਹੈ ਜੀ ਸ਼ਿੰਦਾ, ਪਿੰਡ ਦਾ ਇੱਕ ਆਮ ਮੁੰਡਾ ਜੋ ਚੱਲਦਾ ਸਾਈਕਲ ਤੇ ਹੈ ਤੇ ਸੁਪਨੇ ਮੋਟਰਸਾਈਕਲ ਦੇ ਦੇਖਦਾ ਹੈ। ਪਰ ਇਹ ਕਹਾਣੀ ਸ਼ਿੰਦੇ ਦੀ ਨਹੀਂ ਹੈ। ਓ ਹੈਲੋ, ਤੁਹਾਡੇ ਪਿਓ ਦੀ ਕੰਧ ਨਹੀਂ ਹੈਗੀ, ਆ ਮੇਰੀ ਹੈ। ਇਹ ਹੈ ਸ਼ਾਂਤੀ। ਸਿਆਣੇ ਕਹਿੰਦੇ ਆ ਕਿ ਤੁਹਾਡੇ ਨਾਮ ਦਾ ਤੁਹਾਡੇ ਸੁਭਾਅ ਤੇ ਬਹੁਤ ਅਸਰ ਪੈਂਦਾ ਹੈ। ਪਰ ਸ਼ਾਂਤੀ ਆਪਣੇ ਨਾਮ ਤੋਂ ਤੇ ਪੂਰੇ ਪਿੰਡ ਤੋਂ ਵੱਖ ਹੀ ਚੱਲਦੀ ਹੈ। ਇਹ ਸ਼ਿੰਦੇ ਦੀ ਤਾਈ ਹੈ, ਦੋਵੇਂ ਪੁੱਤ ਬਾਹਰ ਨੇ ਤੇ ਤਾਇਆ ਫੋਟੋ ਫਰੇਮ ਤੇ ਅੰਦਰ ਹੈ। ਪਰ ਇਹ ਕਹਾਣੀ ਸ਼ਾਂਤੀ ਦੀ ਵੀ ਨਹੀਂ ਹੈ। ਸਾਈਕਲ ਚੁੱਕ ਤੇ ਪਰਾਂ ਖੜਾ। ਪੁੱਤਰ ਡਾਲਰਾਂ 'ਚ ਪੈਸੇ ਕਮਾਉਂਦੇ, ਦਿਲ ਇੱਕ ਢੇਲੇ ਦਾ ਨਹੀਂ ਹੈਗਾ ਇਸ ਬੁੱਢੀ 'ਚ। ਲੱਖ ਰੁਪਇਆ ਲਗਵਾਇਆ ਟੈਲਾਂ ਲਗਾਉਣ ਨੂੰ, ਤੁਹਾਡੀ ਸਾਈਕਲਾਂ ਖੜੀਆਂ ਕਰਨ ਨੂੰ ਨਹੀਂ ਲਗਾਈਆਂ। ਸ਼ਰੀਕ ਕਿਸੇ ਥਾਂ ਦੇ। ਉਹ ਅੱਜ ਕੀ ਕਰਤਾ? ਇਹ ਆ ਤਰਸੀਮ, ਸ਼ਿੰਦੇ ਦਾ ਪਿਓ। ਚਾਹੁੰਦਾ ਤਾਂ ਕੈਨੇਡਾ ਜਾ ਵੱਸਦਾ, ਪਰ ਹਰ ਬਜ਼ੁਰਗ ਵਾਂਗ ਇਹ ਵੀ ਆਪਣਾ ਜੱਦੀ ਘਰ ਛੱਡਣ ਨੂੰ ਰਾਜ਼ੀ ਨਹੀਂ ਹੈ। ਪਿੰਡ ਦੇ ਹਰ ਚੰਗੇ ਮਾੜੇ 'ਚ ਸ਼ਰੀਕ ਹੁੰਦਾ, ਪਰ ਇਹ ਕਹਾਣੀ ਇਹਦੀ ਵੀ ਨਹੀਂ। ਉਹ ਯਾਰ ਬਾਪੂ, ਇਹ ਚਲੀ ਕਿਉਂ ਨਹੀਂ ਜਾਂਦੀ ਕੈਨੇਡਾ ਯਾਰ? ਉਹ ਪੁੱਤ ਤਾਂ ਬੁਲਾ ਬੁਲਾ ਕੇ ਥੱਕੇ ਪਏ ਆ, ਇਹ ਕਬਜ਼ੇ ਤੋਂ ਡਰਦੀ ਆ। ਡਰਦੀ ਡੁਰਦੀ ਕੋਈ ਨਹੀਂ, ਸੜਦੀ ਹੈ। ਵੇਖਿਆ ਨਹੀਂ ਆਪਾਂ ਟੀ ਵੀ ਲੈ ਕੇ ਆਏ ਸੀ ਤੇ LED ਲੈ ਲਈ, ਟਾਈਲਾਂ ਲਵਾਈਆਂ, ਨਾਲ ਦੀ ਨਾਲ ਟਾਈਲਾਂ ਲਵਾ ਲਈਆਂ, ਚਲੀ ਜਾ ਬਈ ਯਾਬੀ ਮੁਕੇ ਸਾਰਾ ਬੋਝ ਨਹੀਂ ਪਾਈਦਾ ਹੁੰਦਾ ਆ ਜਾ। ਸ਼ਰੀਕਾਂ ਦੀ ਜ਼ਿੰਦਗੀ 'ਚ ਸਕੂਨ ਦੇਖ ਕੇ ਸ਼ਾਂਤੀ ਨੂੰ ਸ਼ਾਂਤੀ ਨਹੀਂ ਮਿਲਦੀ, ਤੇ ਸ਼ਰੀਕ ਅਕਸਰ ਸ਼ਾਂਤੀ ਦੀ ਸ਼ਾਂਤੀ ਭੰਗ ਕਰਨ ਵਾਲਿਆਂ 'ਚ ਸ਼ਰੀਕ ਹੁੰਦੇ ਨੇ। ਨਾ ਕੀ ਹੋਇਆ, ਕਿਉਂ ਪੀ ਪੀ ਲਈ ਹੈ? ਕੱਲੀ ਬੁੜੀ ਨੂੰ ਦੇਖ ਕੇ ਸਿਰ ਖਾਂਦੇ ਰਹਿੰਦੇ ਹੋ। ਉਹ ਕਿਉਂ ਗੁੱਸਾ ਕਰਦੀ ਹੈ ਭਰਜਾਈ? ਤੇਰੇ ਭਤੀਜੇ ਲਈ ਮੋਟਰਸਾਈਕਲ ਲੈ ਕੇ ਆਇਆ, ਜੱਚਦਾ ਨਾ ਤਾਈ? ਜੱਜੂ ਬੁਰਾ ਮੋਟਰਸਾਈਕਲ ਸਾਡੇ ਬਾਹਰ ਅੱਗੇ ਖੜਿਆ ਹੈ। ਬੈਠੋ ਪੁੱਤਰਾ, ਚੱਲੀਏ। ਸ਼ਾਂਤੀ ਨੇ ਸ਼ਰੀਕਾਂ ਦੀ ਹਿੱਕ ਤੇ ਦੀਵਾ ਬਾਲਣ ਲਈ ਆਪਣੇ ਪੁੱਤ ਨੂੰ ਕੈਨੇਡਾ ਫੋਨ ਲਾ ਦਿੱਤਾ, ਕਿਉਂਕਿ ਸ਼ਾਂਤੀ ਦੀ ਜ਼ਿੰਦਗੀ ਦਾ ਹਨੇਰਾ ਸ਼ਰੀਕਾਂ ਦੀ ਹਿੱਕ ਤੇ ਦੀਵਾ ਬਾਲ ਕੇ ਹੀ ਦੂਰ ਹੁੰਦਾ ਹੈ। ਕਿਉਂ ਸ਼ਿੰਦਿਆ, ਜੱਚਦੀ ਹੈ ਨਾ ਬੂਹੇ ਅੱਗੇ ਖੜੀ? ਚਾਰ ਲੋਕ ਕੀ ਕਹਿਣਗੇ, ਇਹ ਸੋਚਣਾ ਸ਼ਾਂਤੀ ਦਾ ਕੰਮ ਨਹੀਂ ਹੈ। ਸ਼ਾਂਤੀ ਦਾ ਕੰਮ ਉਹਨਾਂ ਚਾਰ ਲੋਕਾਂ ਨੂੰ ਨਵੀਆਂ ਗੱਲਾਂ ਕਰਨ ਦੀ ਵਜ੍ਹਾ ਦੇਣਾ ਹੈ। ਹੈਲੋ ਜਿੰਦਰਾ। ਹਾਂ ਬੇਬੇ। ਨਾ ਗੱਡੀ ਤਾਂ ਭੇਜ ਦਿੱਤੀ ਆ, ਇਹਨੂੰ ਚਲਾਉਣ ਤੇ ਸਿਖਾਉਣ ਲਈ ਡਰਾਈਵਰ ਤਾਂ ਭੇਜ ਦੇ ਨਾ। ਇਹ ਹੈ ਜੀ ਸ਼ਾਂਤੀ ਦਾ ਸਾਰਥੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚਲੋ।
ਚਲੋ ਕਾਕਾ ਹੋਲੀ ਚਲਾ। ਹੋਲੀ ਤੇ ਚਲਾਉਣੇ ਆ, ਹੋਰ ਕਿੰਨੀ ਹੋਲੀ ਚਲਾਈ ਆ ਮੈਂ? ਕਿੱਥੇ ਹੋਲੀ ਪਿਆ ਚਲਾਉਣਾ, ਮੈਨੂੰ ਤਾਂ ਸਾਹਮਣੇ ਜਮਰਾਜ ਦਿਖੀ ਜਾਂਦਾ। ਉਹ ਵੈਸੇ ਗਏ ਤਾਂ ਬਲਦ ਬੁਲਦ ਹੋਣਾ ਮਾਤਾ, 10-15 ਤਾਂ ਨਹੀਂ ਮਰਦਾ ਕੋਈ। ਜਵਾਕ ਮਾਰ ਦੇਗਾ। ਜਵਾਕ ਕੋਠੇ ਤੇ ਖਲੋਤਾ ਕਿਤੇ ਨਹੀਂ ਮਰਦਾ ਮਾਤਾ, ਉੱਡ ਕੇ ਨਹੀਂ ਚੱਲੀ ਗੱਡੀ। ਕੀ ਕਰੀ ਜਾਂਦਾ, ਮੈਂ ਤੈਨੂੰ ਚਲਾਉਣ ਦਾ ਬਲ ਵੀ ਹੈ ਕਿ ਨਹੀਂ? 5 ਪੈਸੇ ਦੀ ਲਾਈ ਆ ਮੈਂ, ਤੋੜ ਦੇਗਾ ਤੇਰੀ ਗੱਡੀ ਨੂੰ। ਮਾਤਾ ਤੂੰ ਨਾ ਆਪ ਹੀ ਚਲਾ ਲੈ ਗੱਡੀ, ਮੇਰੇ ਕੋਲ ਨਹੀਂ ਚੱਲਦੀ। ਤੇਰੇ ਮਾੜੇ ਘੜੀ ਨੂੰ ਮੈਂ ਇੱਥੇ ਆ ਗਏ, ਆਪ ਹੀ ਚਲਾ। ਗੱਲ ਤਾਂ ਸੁਣ ਅਵੇ ਪੱਤੇ, ਮੈਨੂੰ ਘਰੇ ਤਾਂ ਲੈ ਦੇਣਾ। ਲਓ ਜੀ ਮੈਡਮ ਫੋਨ ਗਏ, ਤੇ ਆ ਲਓ ਮੈਡਮ ਗੱਡੀ ਦੀ ਚਾਬੀ, ਤੇ ਮੇਰੇ ਤੋਂ ਨਾ ਕਿਸੇ ਚੀਜ਼ ਦੀ ਉਮੀਦ ਰੱਖਿਓ। ਮੇਰੇ ਪੁੱਤ, ਹਾਂਜੀ, ਤੂੰ ਮੈਨੂੰ ਗੱਡੀ ਚਲਾਉਣੀ ਸਿਖਾ ਦੇ। ਪਰ ਸਾਰਥੀ ਦੀ ਸ਼ਾਂਤੀ ਦਾ ਕੀ ਬਣੇਗਾ? ਆਓ ਜੀ ਆਓ, ਬੈਠੋ ਜੀ ਬੈਠੋ। ਕਿੱਥੇ ਖੂਹ ਚ ਗੱਡੀ ਖਿਲਾਰਤੀ ਹੋ? ਚੱਲ ਮਾਤਾ ਤੈਨੂੰ ਗੱਡੀ ਸਿਖਾਈ, ਅੱਜ ਬਾਅਦ ਚ ਭਜਾਈ ਫਿਰੇ ਆਪ ਹੀ। ਚਲੋ ਚਲੋ ਚਲੋ। ਵਾਹਿਗੁਰੂ। ਓ ਮਾਤਾ ਡਰਨਾ, ਨਾਲ ਹੀ ਬੈਠਾ ਮੈਂ ਤੇਰੇ, ਨਾ ਡਰ। ਡਰਨਾ? ਮੇਰਾ ਬੀਪੀ ਵਧੀ ਜਾਂਦਾ, ਤੂੰ ਕਹਿੰਦਾ ਡਰਨਾ। ਆ ਵੇਖ ਸਾਹਮਣੇ ਤੋਂ ਮੇਰੇ ਵਿੱਚ ਵੱਜਣ ਨੂੰ ਫਿਰਦਾ, ਆ ਪਿੱਛੇ ਵੇਖ, ਆ ਮੈਨੂੰ ਐਵੇਂ ਡਰਾਈ ਜਾਂਦਾ। ਆ ਦੇਖ ਸੱਜੇ ਖੱਬੇ ਸਾਰੇ ਤਾਂ ਮੈਨੂੰ ਮਾਰਨ ਨੂੰ ਫਿਰਦੇ ਆ। ਓ ਮਾਤਾ ਗੱਡੀ ਸਟਾਰਟ ਤਾਂ ਕਰ ਲਾ, ਪਹਿਲੇ ਹੀ ਮਾਰਨ ਨੂੰ ਫਿਰਦੇ, ਮਾਰਨ ਨੂੰ ਕੁਛ ਨਹੀਂ ਹੁੰਦਾ, ਗੱਡੀ ਤੇ ਚਲਾ ਦੂੰ। ਨਾ ਪੁੱਤ, ਬਸ ਅੱਜ ਇੰਨਾ ਹੀ, ਕੱਲ ਸਿੱਖਾਂਗੇ। ਕੱਲ ਸਿੱਖਾਂਗੇ, ਇਹ ਨਾ ਸਹੀ ਕਹਿੰਦੇ ਆ ਸਾਰੇ। ਕੀ ਕਹਿੰਦੇ ਆ? ਇਹੀ ਬਸ, ਸ਼ਾਂਤੀ ਬਸ ਰੋਲਾ ਪਾਉਣ ਜੋਗੀ ਆ, ਤੇ ਗੱਡੀ ਬਸ ਇਹਨੇ ਨਾ ਕਬੂਤਰਾਂ ਦੀਆਂ ਪਿੱਠਾ ਪੁੱਠਾ ਜੋਗੀ ਰੱਖੀ ਆ। ਕਿਹੜਾ ਕਹਿੰਦਾ, ਮੈਨੂੰ ਨਾ ਦੱਸ, ਉਹਦੇ ਇੱਕ ਤੇ ਗੱਡੀ ਚਾੜ ਦੂੰ ਮੈਂ। ਇੱਕ ਤੇ ਗੱਡੀ ਤਾਂ ਚਾੜੋਗੇ ਨਾ ਜੇ ਇਹਨੂੰ ਚਲਾ ਲੋਗੇ, ਤੇ ਕਿ ਅਗਲੇ ਨੂੰ ਕਹੋਗੇ ਅੱਗੇ ਆ ਕੇ ਲੰਮੇ ਪੈ, ਤੇ ਉਹ ਆਪਣੇ ਇੱਕ ਤੇ ਗੱਡੀ ਚੜਾ ਲਾ। ਮੇਰੇ ਪੁੱਤ, ਅੱਜ ਬਸ ਇੰਨਾ ਹੀ, ਅੱਜ ਨਾ ਮੇਰਾ ਚਿੱਤ ਕਾਉਂ ਮਾਉਂ ਕਰੀ ਜਾਂਦਾ। ਬੈਲਟ ਲਾਉਣੀ ਸਿੱਖੀ ਬਸ ਅੱਜ ਆਪਾਂ। ਹੈਲੋ ਮੈਮ, ਚਾਬੀ ਤੇ ਕੱਲ ਮਿਲਦੇ ਆ ਜੀ, ਟਾਈਮ ਨਾਲ ਨਿਕਲਾਂਗੇ ਕੱਲ ਆਪਾਂ ਜੀ। ਠੀਕ ਹੈ ਪੁੱਤ। ਚਲੋ ਜੀ, ਆ ਲਓ ਬਾਬੇ ਦਾ ਨਾਂ ਦੇ ਕੱਢੋ ਗੱਡੀ। ਚਲੋ ਚਲੋ ਚਲੋ। ਮੇਰੇ ਤੋਂ ਨਹੀਂ ਸਿੱਖ ਹੋਣੀ, ਜਦੋਂ ਮੈਂ ਗੱਡੀ ਚਲਾਉਣ ਲੱਗਦੀ ਆ ਪੂਰਾ ਦਾ ਪੂਰਾ ਪਿੰਡ ਹੀ ਮੋਟਰਸਾਈਕਲਾਂ ਲੈ ਕੇ ਬਾਹਰ ਆ ਜਾਂਦਾ। ਹਰ ਕੋਈ ਆਪਣਾ ਕੰਮ ਕਰਨ ਬਾਹਰ ਨਿਕਲਿਆ, ਤੁਸੀਂ ਇੰਨਾ ਕਿਉਂ ਸੋਚਦੇ ਹੋ? ਨਹੀਂ, ਮੈਨੂੰ ਲੱਗਦਾ ਮੇਰੇ ਤੇ ਕਿਸੇ ਨੇ ਕੁਛ ਕੀਤਾ ਹੋਇਆ। ਕਿਸੇ ਨੇ ਕਿਹੇ ਤੇ ਕੁਛ ਨਹੀਂ ਕੀਤਾ ਹੁੰਦਾ, ਤੁਸੀਂ ਗੱਡੀ ਸਟਾਰਟ ਕਰੋ। ਚਲੋ ਚਲੋ ਚਲੋ। ਨਹੀਂ, ਮੇਰੇ ਤੋਂ ਨਹੀਂ ਸਿੱਖਣਾ। ਅਰੇ ਯਾਰ, ਮੈਨੂੰ ਲੱਗਦਾ ਡਰਾਈਵਰੀ ਦੇ ਨਾਲ ਨਾਲ ਨਾ ਤੁਹਾਨੂੰ ਜ਼ਿੰਦਗੀ ਦੀ ਗੱਡੀ ਚਲਾਉਣੀ ਵੀ ਸਿਖਾਉਣੀ ਪੈਣੀ। ਕੀ ਮਤਲਬ? ਮਤਲਬ ਇਹ ਸੜਕ ਤੇ ਜ਼ਿੰਦਗੀ ਦੋਨੋਂ ਇੱਕੋ ਵਰਗੀ, ਤੇ ਹਰ ਇਨਸਾਨ ਆਪਣੀ ਜ਼ਿੰਦਗੀ ਦੀ ਸੜਕ ਤੇ ਨਾ
ਸਰੀਰ ਰੂਪੀ ਗੱਡੀ ਲੈ ਕੇ ਨਿਕਲਿਆ ਹੋਵੇ। ਆ ਗੱਡੀ ਸਰੀਰ, ਉਹ ਸੰਤ ਜੀ ਥੋੜਾ ਚਾਨਣ ਪਾਓ, ਮੈਨੂੰ ਸਮਝ ਨਹੀਂ ਆਇਆ। ਦੱਸ ਦਾ ਇਹ ਹੈ ਸਾਡੀ ਜ਼ਿੰਦਗੀ ਦੀ ABC। ਇਹ ਮਤਲਬ ਐਕਸਲੇਟਰ, ਰਫਤਾਰ ਜ਼ਰੂਰੀ ਹੈ ਨਾ। ਬੀ ਮਤਲਬ ਬ੍ਰੇਕ, ਰੁਕਾਵਟ। ਅਤੇ ਸੀ ਮਤਲਬ ਕਲੱਚ, ਪਕੜ। ਅਤੇ ਇਹ ਕੀ ਹੈ? ਇਹ ਗੇਅਰ, ਤੁਹਾਡੀ ਜ਼ਿੰਦਗੀ ਦਾ ਪਹਿਲਾ ਗੇਅਰ ਤੁਹਾਡਾ ਵਿਆਹ। ਤੁਹਾਡੇ ਘਰਦਿਆਂ ਨੇ ਕਲੱਚ ਛੱਡਿਆ, ਤੁਹਾਡੀ ਜ਼ਿੰਦਗੀ ਨੂੰ ਨਵੀਂ ਸੜਕ 'ਤੇ ਚੜ੍ਹਾ ਦਿੱਤਾ। ਦੂਜਾ ਗੇਅਰ ਤੁਹਾਡੇ ਸਹੁਰਿਆਂ ਦਾ ਘਰ, ਜਿੱਥੇ ਆ ਕੇ ਤੁਹਾਨੂੰ ਲੱਗਿਆ ਕਿ ਹੁਣ ਮੇਰੀ ਜ਼ਿੰਦਗੀ ਸਹੀ ਲੀਹ 'ਤੇ ਹੈ। ਤੀਜਾ ਗੇਅਰ ਤੁਹਾਡੇ ਬੱਚੇ। ਜਦੋਂ ਬੱਚਿਆਂ ਦੇ ਨਾਲ ਬੰਦਾ ਹੁੰਦਾ ਨਾ, ਫਿਰ ਉਹਨੂੰ ਲੱਗਦਾ ਕਿ ਮੈਂ ਉਹਨਾਂ ਦਾ ਭਰੋਸਾ ਅਤੇ ਉਹਨਾਂ ਨੇ ਮੇਰਾ ਭਰੋਸਾ ਜਿੱਤ ਲਿਆ। ਇਹ ਹੈ ਚੌਥਾ ਗੇਅਰ, ਤੁਹਾਡਾ ਮਰਦ, ਜਿਹੜਾ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੁਹਾਡੇ 'ਤੇ ਛੱਡ ਕੇ ਇਸ ਦੁਨੀਆਂ 'ਚੋਂ ਚਲਾ ਗਿਆ। ਇਹ ਹੈ ਪੰਜਵਾਂ ਗੇਅਰ, ਤੁਹਾਡੇ ਬੱਚੇ, ਜਿਹੜੇ ਹੁਣ ਬਿਲਕੁਲ ਸਹੀ ਰਾਹ 'ਤੇ ਚੱਲ ਰਹੇ ਨੇ। ਅਤੇ ਜਦੋਂ ਪੰਜਵਾਂ ਗੇਅਰ ਹੁੰਦਾ ਨਾ, ਤਾਂ ਬੰਦੇ ਦਾ ਇੱਕ ਹੀ ਕੰਮ ਹੁੰਦਾ ਕਿ ਬਸ ਮੇਰਾ ਪੈਰ ਹਮੇਸ਼ਾ ਰੇਸ 'ਤੇ ਰਹੇ, ਅਤੇ ਮੈਂ ਇੱਧਰ ਉੱਧਰ ਆ ਫਾਲਤੂ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਬਸ ਟੌਪ ਗੇਅਰ 'ਤੇ ਚੱਲਦਾ ਰਹਾਂ। ਤੁਸੀਂ ਹੁਣ ਟੌਪ ਗੇਅਰ 'ਤੇ ਹੋ, ਰੇਸ ਤੋਂ ਪੈਰ ਨਹੀਂ ਚੱਕਣਾ, ਅਤੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਇੰਜੋਏ ਕਰੋ। ਮੈਂ ਹਮੇਸ਼ਾ ਆਪਦੀ ਜ਼ਿੰਦਗੀ ਰੂਪੀ ਗੱਡੀ ਨੂੰ ਟੌਪ ਗੇਅਰ 'ਤੇ ਚਲਾਉਣਾ ਚਾਹੁੰਦੀ ਹਾਂ, ਪਰ ਕੀ ਕਰਾਂ, ਲੋਕ ਆਪ ਆ ਕੇ ਮੇਰੀ ਗੱਡੀ 'ਚ ਵੱਜਦੇ ਨੇ। ਲੋਕ ਤਾਂ ਆਪਣੀ ਗੱਡੀ ਚਲਾ ਰਹੇ ਨੇ, ਤੂੰ ਆਪਣੀ ਗੱਡੀ ਚਲਾ। ਮੰਨ ਲਓ ਇਹ ਗੱਡੀ ਤੁਸੀਂ ਹੋ, ਅਗਰ ਤੁਸੀਂ ਕਿਸੇ ਨੂੰ ਡਿੱਪਰ ਮਾਰੋਗੇ ਨਾ, ਮਤਲਬ ਤੁਸੀਂ ਘੂਰੋਗੇ, ਅਤੇ ਅਗਲਾ ਬੰਦਾ ਵੀ ਡਿੱਪਰ ਮਾਰ ਕੇ ਤੁਹਾਡੇ ਵੱਲ ਘੂਰੇਗਾ। ਤੁਸੀਂ ਹੌਰਨ ਮਾਰ ਕੇ ਕਿਸੇ ਨੂੰ ਡਰਾਓਗੇ ਨਾ, ਅਤੇ ਅਗਲਾ ਬੰਦਾ ਵੀ ਹੌਰਨ ਮਾਰ ਕੇ ਤੁਹਾਡੇ 'ਤੇ ਚਿੱਲਾਏਗਾ। ਪਰ ਜ਼ਿੰਦਗੀ ਦਾ ਸਫ਼ਰ ਇੱਦਾਂ ਹੀ ਚੱਲਦਾ ਰਹਿੰਦਾ, ਕਿਉਂਕਿ ਹਰ ਕੋਈ ਸਫ਼ਰਾਂ 'ਤੇ ਨਿਕਲਿਆ ਹੋਇਆ, ਅਤੇ ਹਰ ਕੋਈ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਗੇਅਰ 'ਚ ਗੱਡੀ ਚਲਾ ਰਿਹਾ। ਪਰ ਤੁਹਾਨੂੰ ਕੀ ਹੈ, ਤੁਸੀਂ ਆਪਣਾ ਸਫ਼ਰ ਇੰਜੋਏ ਕਰੋ, ਹੱਸਦੇ ਖੇਡਦੇ। ਇੱਦਾਂ ਸੜਕਾਂ 'ਤੇ ਖੜ੍ਹ ਕੇ ਲੜਨ ਦੇ ਨਾਲ ਕੋਈ ਫਾਇਦਾ ਨਹੀਂ, ਅਤੇ ਕਿੰਨਾ ਚਿਰ ਸੜਕਾਂ 'ਤੇ ਖੜ੍ਹ ਖੜ੍ਹ ਕੇ ਲੋਕਾਂ ਨਾਲ ਲੜੋਗੇ? ਅਗਰ ਲੜਦੇ ਹਾਂ ਨਾ, ਤਾਂ ਲੜਨਾ ਸਿਰਫ ਜਾਮ ਲੱਗਦੇ ਨੇ, ਅਤੇ ਜਾਮ ਹਮੇਸ਼ਾ ਦੇਰੀ ਕਰਵਾਉਂਦੇ। ਇਹ ਸੀਗੀ ਪੰਜਾਬ ਦੇ ਇੱਕ ਪਿੰਡ ਦੀ ਕਹਾਣੀ, ਪੰਜਾਬ ਦੀ ਕਹਾਣੀ, ਸਾਡੀ ਸਭ ਦੀ ਕਹਾਣੀ। ਆਪਣੀ ਆਪਣੀ ਗੱਡੀ ਆਪਣੀ ਆਪਣੀ ਸਾਈਡ 'ਤੇ ਚਲਾਉਂਗੇ ਤਾਂ ਜ਼ਿੰਦਗੀ
ਸਮੂਥ ਹੋ ਜਾਏਗੀ।